ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਬਾਰੇ ਇਸ ਵਕਤ ਅਸੀਂ ਖੜੇ ਹਾਂ, ਤੁਸੀਂ ਦੇਖ ਸਕਦੇ ਹੋ ਪੈਰਾ ਪਲੇਅਰਸ ਜੋ ਇੱਥੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਵੱਧ ਰਹੇ ਨੇ। ਨੌਕਰੀਆਂ ਦੀ ਮੰਗ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਅੱਜ ਆਏ ਨੇ ਤੇ ਜੋ ਇੱਥੇ ਪਹੁੰਚੇ ਨੇ, ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਨਾਲ ਗੱਲਬਾਤ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅੱਗੇ ਪਲੇਅਰ ਵਧਣਗੇ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਅੜੇ ਹੋਏ ਨੇ। ਇਹਨਾਂ ਦੀ ਇੱਕੋ ਮੰਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਤੇ ਉਸੇ ਨੂੰ ਲੈ ਕੇ ਹੀ ਇੱਥੇ ਬੈਠੇ ਨੇ। ਗੱਲਬਾਤ ਪੁਲਿਸ ਦੇ ਨਾਲ ਲਗਾਤਾਰ ਇਹਨਾਂ ਦੀ ਹੋ ਰਹੀ ਹੈ, ਤੁਸੀਂ ਦੇਖ ਸਕਦੇ ਹੋ। ਪਰ ਤੁਹਾਨੂੰ ਇਹ ਵੀ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਸੇਜ ਦੇ ਦਿਆ ਹੁਣ ਕਰਾਂ ਹੀ ਸੀਐਮ ਸਾਹਿਬ ਤੋਂ ਗੱਲਬਾਤ ਤੁਹਾਡੀ ਕਰਵਾ ਦੇਂਗੇ। ਸੀਐਮ ਨਾਲ ਅਸੀਂ ਮੀਟਿੰਗ ਕਰਨੀ ਹੈ ਜਿਵੇਂ ਕਿਸਾਨਾਂ ਨੇ ਕਰਨੀ ਅੱਜ, ਬਸ ਮੈਂ ਇਹਨਾਂ ਨੂੰ ਆਹੀ ਕਹਿਣਾ ਹੈ। ਜੋ ਵੀ ਇਹਨਾਂ ਦਾ ਰਵੱਈਆ ਤੇ ਇਹਨਾਂ ਦੀ ਕਹਿਣੀ ਤੇ ਕਥਨੀ ਜੇ ਬੜਾ ਤੁਹਾਡੇ ਲਈ ਸੰਭਵ ਹੈ, ਦੋ ਪੈਰਾਂ ਤੇ ਖੜੇ ਹੋ ਸਾਡੇ ਲਈ ਅਸੰਭਵ ਹੈ। ਅਸੀਂ ਹਰ ਰੋਜ਼ 300 ਕਿਲੋਮੀਟਰ ਚੱਲ ਕੇ 250 ਕੱਲ ਫਰੀਦਕੋਟ ਜਾ ਕੇ ਮੀਟਿੰਗਾਂ ਕੀਤੀਆਂ 2 ਮਹੀਨੇ ਯੂਐਸਡੀ ਨਾਲ। ਇੱਕ ਹੀ ਗੱਲ ਕੀ ਸਰ, ਪਲੀਜ਼ ਸਾਡਾ ਕਰਾ ਦੋ, ਸਾਡਾ ਤੁਸੀਂ ਏਜੰਡੇ ਜੇ ਪਵਾ ਦੋ ਤੇ ਸਾਡੀ ਸੀਐਮ ਦੀ ਕਮਿਟਮੈਂਟ ਹੈ ਉਹਨੂੰ ਹੀ ਪੂਰਾ ਕਰਾ ਦੋ ਵੀ ਪਾਲਿਸੀ ਆ ਰਹੀ, ਮੀਟਿੰਗ ਆ ਰਹੀ, ਮੀਟਿੰਗ ਆ ਰਹੀ। ਇੱਕ ਹੀ ਗੱਲ ਕਿ ਏਜੰਡੇ ਜੇ ਪਾਤੀ, ਏਜੰਡੇ ਜੇ ਪਾਤੀ, ਏਜੰਡੇ ਜੇ ਪਾਤੀ, ਇਹ ਬਾਚੇ ਕਹਿੰਦੇ ਵੀ ਕੁਛ ਨਹੀਂ ਆ ਰਹੀ ਇਹ ਪਾਲਿਸੀ ਏਜੰਡੇ ਦੇ ਵਿੱਚ। ਸਰਕਾਰ ਕੋਲ ਪੈਸਾ ਨਹੀਂ ਹੈ, ਨੌਕਰੀ ਤਾਂ ਦੇ ਦੂਗੀ, ਪੈਸਾ ਕਿੱਥੋਂ ਦੇਊਗੀ? ਪੈਸਾ ਕਰੋੜ ਦਾ, 2.5 ਕਰੋੜ ਤਾਂ ਦੇ ਦੂਗੀ ਰਾਤ ਨੂੰ। ਰਾਤ ਨੂੰ ਨੀਰਜ ਚੋਪੜਾ ਨੂੰ ਕਰੋੜ ਦਾ 2.5 ਕਰੋੜ ਦੇ ਸਕਦੇ ਆ, ਸਾਡੇ ਲਈ ਨੌਕਰੀ ਨਹੀਂ ਹੈ। ਪੰਜਾਬ ਸਰਕਾਰ ਸਾਡੇ ਲਈ ਕੀ ਹੈ? ਹੁਣ ਸ਼ਰਾਬ ਪੀ ਕੇ ਮਰੀਏ? ਅਸੀਂ ਪੰਜਾਬ ਦੇ ਆਈਡੀਅਲ ਬੰਦੇ, ਸ਼ਰਾਬ ਪੀ ਕੇ ਮਰੀਏ? ਸਾਡਾ ਜੱਸੇ ਮੁੰਡਾ ਏਸ਼ੀਆ ਮੈਡਲਿਸਟ ਖੜਾ, ਜਨਰਲ ਨੂੰ ਏਸ਼ੀਆ ਖੇਡ ਕਿਉਂ ਤੁਸੀਂ ਡੀਐਸਪੀ ਲਾਉਂਦੇ ਆ, ਮੁੰਡੇ ਨੂੰ ਕਿਉਂ ਲਾਇਆ ਫਿਰ ਸਰਕਾਰ ਨੇ? ਸਰਕਾਰ ਇਹਨਾਂ ਦੇ ਖਰਚੇ ਨਾ ਹੈਂਡੀਕੈਪ ਬੱਚਾ ਨਹੀਂ ਹੈ, ਇਹਨਾਂ ਦੇ ਖਰਚੇ ਹੈਂਡੀਕੈਪ ਬੱਚਾ ਨਹੀਂ ਹੈ, ਇਹਨਾਂ ਨੂੰ ਫੀਸ ਨਹੀਂ ਹੈ। ਮੰਤਰੀਆਂ ਦੇ ਪੁੱਤਰਾਂ ਨੂੰ ਲਾਣਾ ਹੋਵੇ ਕੈਬਨਿਟ ਦੇ ਵਿੱਚ, ਇੱਕ ਦਿਨ ਦੇ ਵਿੱਚ ਏਜੰਡਾ ਆ ਸਕਦਾ ਕੈਬਨਿਟ ਦੇ ਵਿੱਚ? ਸਾਡੀ ਵਾਰੀ ਕਿਉਂ ਨਹੀਂ ਆ ਰਿਹਾ ਫਿਰ? 2 ਮਹੀਨੇ ਹੋ ਗਏ, 2 ਮਹੀਨੇ ਟਾਈਮ ਦਿੱਤਾ ਇਹਨਾਂ ਨੂੰ, 2 ਮਹੀਨੇ ਬਾਅਦ ਵੀ ਏਜੰਡਾ ਨਹੀਂ ਹੋਇਆ, ਕੀ ਗੱਲ? ਕੈਪਟਨ ਸੁੱਤੇ ਪਏ ਨੇ, ਇਹਨਾਂ ਦੇ ਮੰਤਰੀ ਸੁੱਤੇ ਪਏ ਨੇ। ਰਾਣਾ ਸੋਢੀ ਮੇਰੇ ਹਲਕੇ ਦੇ ਸ਼ਰਾਬ ਫੈਕਟਰੀ ਲਾਣ ਲਈ ਜਾ ਸਕਦਾ, ਪਰ ਇਹਨਾਂ ਖਿਡਾਰੀਆਂ ਲਈ ਨਹੀਂ ਆ ਸਕਦਾ ਇੱਥੇ? ਸ਼ਰਾਬ ਫੈਕਟਰੀ ਲਾ ਸਕਦੇ ਨਾ, ਪੈਸਾ ਕਮਾਉਣਾ ਸੀਐਮ ਸੇ ਮਿਲੇ, ਪਰਸਨਲ ਸੀਐਮ ਸੇ। ਔਰ ਉਸੇ ਇਹੀ ਬਾਤ ਹੈ, 26 ਕੀ ਮੀਟਿੰਗ ਹਮਾਰਾ ਹੋਣਾ ਚਾਹੀਏ, ਕਿਉਂਕਿ ਹਮੇ ਨਹੀਂ ਤੋ ਹਮ ਤੋ ਆਤਮਦਾਹ ਕਰਨੇ ਕੇ ਲਈ ਮਜਬੂਰ ਹੋ ਜਾਏਗੇ। ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇੱਥੇ ਖਿਡਾਰੀ ਡਟ ਗਏ ਨੇ। ਇੱਕ ਮਿੰਟ ਨਾਲ ਗੱਲਬਾਤ ਕਰਦੇ, ਸਭ ਤੋਂ ਪਹਿਲਾਂ ਨਾਮ? ਮੇਰਾ ਨਾਮ ਤਰੁਣ ਸ਼ਰਮਾ ਜੀ, ਮੈਂ ਖੰਨੇ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਲੁਧਿਆਣੇ ਤੋਂ। ਪੈਰਾ ਕਰਾਟੇ ਦਾ ਪੰਜਾਬ ਦਾ ਇੱਕ ਲੋਤਾ ਪਲੇਅਰ ਆ, ਜਿਹਨੇ 7 ਕੰਟਰੀਆਂ ਚੋਂ 9 ਮੈਡਲ ਦੇਸ਼ ਦੇ ਨਾਮ ਕਰੇ ਨੇ। ਕਿਹੜੇ ਟੂਰਨਾਮੈਂਟ ਦੇ ਵਿੱਚ ਤੁਸੀਂ ਮੈਡਲ? ਮੈਂ ਮਲੇਸ਼ੀਆ 2 ਵਾਰ ਗੋਲਡ ਮੈਡਲਿਸਟ ਹਾਂ, ਯੂਕਰੇਨ 2 ਵਾਰ ਗੋਲਡ ਮੈਡਲਿਸਟ ਹਾਂ। ਟੂਰਨਾਮੈਂਟ ਕਿਹੜਾ? ਏਸ਼ੀਅਨ ਗੇਮ ਦੇ ਵਿੱਚ, ਤੇ ਪੈਰਾ ਕਰਾਟੇ ਏਸ਼ੀਅਨ ਹੋ ਰਹੀ ਹੈ, ਉਹਦੇ ਲਈ ਮੈਂ ਕੁਆਲੀਫਾਈ ਹਾਂ, ਅਗਲੇ ਮਹੀਨੇ ਹੋ ਰਹੀ ਹੈ ਜੀ। ਫੇਰ ਵੀ ਧੱਕੇ ਕਰ ਰਿਹਾ ਤੁਹਾਡੇ ਅੱਗੇ। ਕਿੰਨੀ ਵਾਰ ਮੰਗ ਕੀਤੀ ਕਿਸੇ ਅਧਿਕਾਰੀ ਨੂੰ ਮਿਲੇ, ਕਿੰਨੀ ਵਾਰ ਗੱਲਬਾਤ? ਅੱਜ ਤੋਂ 4.5 ਸਾਲ ਪਹਿਲੇ ਸਪੋਰਟਸ ਮੰਤਰੀ ਸਾਹਿਬ ਨੂੰ ਮਿਲਿਆ, ਉਹ ਤੋਂ ਬਾਅਦ ਮੈਂ 2 ਮਹੀਨੇ ਬਾਅਦ ਮਿਲਿਆ, ਉਹ ਤੋਂ ਬਾਅਦ ਮੈਨੂੰ ਲੈਟਰ ਆ ਜਾਂਦਾ ਤਰਥ ਦੇ ਆਧਾਰ ਤੇ ਤੁਹਾਡੇ ਲਈ ਨੌਕਰੀ ਨਹੀਂ ਹੈ। ਕਿਉਂ ਨਹੀਂ ਹੈ ਦੱਸੋ ਤਾਂ ਸਹੀ, ਮੈਨੂੰ MLA ਸਾਹਿਬ ਦੇ ਬੱਚਿਆਂ ਲਈ ਹੈਗੀ ਆ, ਉਹਨਾਂ ਨੂੰ ਡਾਇਰੈਕਟ DSP ਤਹਿਸੀਲਦਾਰ ਭਰਤੀ ਕਰ ਦਿੰਦੇ ਆ, ਅਸੀਂ ਸਾਡੇ ਵਰਗੀ ਕਿੱਥੇ ਜਾਣਗੇ? ਤੁਸੀਂ ਵੀ ਪੜ੍ਹੇ ਲਿਖੇ ਹੋ, ਤਰਸ ਸਾਡੇ ਤੇ ਖਾਣਾ ਚਾਹੀਦਾ ਜਾਂ ਉਹਨਾਂ ਦੇ ਖਾਣਾ ਚਾਹੀਦਾ? ਮੈਂ ਵੀ ਆਡੀਅੰਸ ਨੂੰ ਇਹੀ ਸਵਾਲ ਪੁੱਛੂੰਗਾ ਕਿ ਤੁਸੀਂ ਵੀ ਦੱਸੋ, ਮੇਰੇ ਸਿਰ ਤੇ 12 ਲੱਖ ਦਾ ਕਰਜ਼ਾ ਚੱਕੀ ਫਿਰਦਾ ਮੈਂ, ਲੇਕਿਨ ਘਬਰਾ ਨਹੀਂ ਰਿਹਾ, ਲੇਕਿਨ ਆਪਣਾ ਹੱਕ ਮੰਗਣ ਲਈ ਚਾਹੇ ਮੈਨੂੰ ਮਰਨਾ ਪਵੇ ਮੈਂ ਮਰਨ ਨੂੰ ਤਿਆਰ ਹਾਂ। ਖੇਡ ਦੇ ਲਈ ਕਰਜ਼ਾ ਹੋਇਆ ਜਾਂ ਕਿਸ ਤਰ੍ਹਾਂ ਭਾਈ? ਹੋਰ ਕਿਹਦੇ ਲਈ ਹੋਊਗਾ? ਜੈਨੂਅਨ ਜੀ ਗੱਲ ਹੈ, ਗਰੀਬ ਫੈਮਿਲੀ ਤੋਂ ਆ, ਪਾਪਾ ਦਿਹਾੜੀ ਕਰਦੇ ਆ, 12 ਲੱਖ ਦਾ ਕਰਜ਼ਾ ਲਿਆ, ਦੇਸ਼ਾਂ ਲਈ ਖੇਡਣ ਲਈ ਲਿਆ, ਆਪਣੇ ਦੇਸ਼ ਦਾ ਨਾਮ ਚਮਕਾ ਲਿਆ, ਦੇਸ਼ ਨੇ ਕੀ ਕਰਿਆ? ਆ ਬੈਠੇ ਆ ਧੱਕੇ ਖਾ ਰਿਹਾ। ਹੁਣ ਤੱਕ ਬਿਲਕੁਲ ਵੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਭਾਈ, 1 ਰੁਪਈਏ ਦੀ ਮਦਦ ਨਹੀਂ ਹੋਈ। ਫੰਡ ਲੈਣ ਜਾਓ ਖਜ਼ਾਨੇ ਖਾਲੀ ਹੋ ਜਾਂਦੇ, ਨੌਕਰੀ ਲੈਣ ਜਾਓ ਨੌਕਰੀਆਂ ਨਹੀਂ ਹੁੰਦੀਆਂ, ਡਾਂਗਾ ਪੈਂਦੀਆਂ ਉਹ ਲੱਗ ਪੈਂਦੀਆਂ। ਫਿਰ ਇਹ ਤੋਂ ਵਧੀਆ ਇੱਕ ਬਾਰੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਈਏ, ਜ਼ਰੂਰੀ ਬੈਂਕ ਲੋਨ ਦੇ ਚੱਕਰਾਂ 'ਚ ਪੈ ਕੇ। ਬਿਲਕੁਲ, ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੈਪਟਨ ਸਰਕਾਰ ਦੇ ਖਿਲਾਫ ਇਹਨਾਂ ਦੇ ਵਿੱਚ ਰੋਸ ਹੈ, ਤੇ ਇਹ ਇੱਥੇ ਪਹੁੰਚੇ ਨੇ, ਇਹਨਾਂ ਨਾਲ ਗੱਲਬਾਤ ਹੋਰ ਵੀ ਇੱਥੇ ਪਲੇਅਰ ਨਾਲ ਵੀ ਗੱਲਬਾਤ ਕਰਦੇ ਆ, ਇਹਨਾਂ ਦਾ ਕੀ ਕਹਿਣਾ? ਤੁਸੀਂ ਦੱਸੋ ਕਿਹੜੀ ਗੇਮ ਹੈ ਤੁਹਾਡੀ ਤੇ ਨਾਮ ਕੀ? ਸਰ ਸ਼੍ਰੀਪਾਲ ਮੇਰਾ ਨਾਮ ਹੈ, ਪੈਰਾ ਅਥਲੈਟਿਕਸ ਮੈਂ ਗੇਮ ਕਰਦਾ, ਅਥਲੈਟਿਕਸ ਦੀ 5 ਔਰ 1500 ਕਿਲੋਮੀਟਰ ਰਨਿੰਗ ਦਾ ਮੇਰਾ ਇਵੈਂਟ ਹੈ।
ਔਰ ਉਹਦੇ ਵਿੱਚ ਮੈਂ ਨੈਸ਼ਨਲ ਰਿਕਾਰਡ ਹੋਲਡਰ ਹਾਂ, 5-6 ਵਾਰੀ ਮੈਡਲਿਸਟ ਹਾਂ, ਪਰ ਸਰਕਾਰ ਨੇ ਸਾਡੀ ਅੱਜ ਤੱਕ ਕਦੇ ਵੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ 3 ਵਾਰ ਧਰਨਾ ਦੇ ਚੁੱਕੇ ਹਾਂ, ਕੈਪਟਨ ਸਰਕਾਰ ਦੇ ਮੰਤਰੀ ਕੈਪਟਨ ਦਾ ਕਹਿਣਾ ਨਹੀਂ ਮੰਨ ਰਹੇ। ਰਾਣਾ ਸੋਢੀ ਨੂੰ ਨਿਰਦੇਸ਼ ਹੀ ਦਿੱਤੇ ਸੀ ਕਿ ਪਾਲਿਸੀ ਪੇਸ਼ ਕੀਤੀ ਜਾਵੇ 15 ਅਗਸਤ, 16 ਅਗਸਤ ਨੂੰ ਕੈਬਨਿਟ ਹੋਈ ਸੀ ਉਹਦੇ ਵਿੱਚ, ਪਰ ਉਹਨਾਂ ਤੇ ਕੋਈ ਜੂ ਨਹੀਂ। ਸਰ ਗੱਲਬਾਤ ਵੀ ਕੀਤੀ, ਕਈ ਓਐਸਡੀ ਨੂੰ ਵੀ ਮਿਲੇ, ਉਹਨਾਂ ਨੇ ਤੁਹਾਨੂੰ ਕੀ ਕਿਹਾ ਸੀ? ਓਐਸਡੀ ਨੂੰ ਮੈਂ ਖੁਦ ਹਰ ਸ਼ਨੀਵਾਰ ਜਾ ਕੇ ਆਉਂਦਾ ਸੀ ਫਰੀਦਕੋਟ, ਉਹ ਮੇਰੇ ਹਲਕੇ ਦੇ ਲਾਗੇ ਪੈਂਦਾ ਫਰੀਦਕੋਟ ਸ਼ਹਿਰ, ਮੈਂ ਫਾਜ਼ਿਲਕਾ ਤੋਂ ਹਾਂ, ਔਰ ਉਹ ਜਦੋਂ ਜਾਂਦੇ ਸਾਨੂੰ ਪਾਣੀ ਤੱਕ ਨਹੀਂ ਪੁੱਛਦੇ ਸੀ, ਸਾਨੂੰ ਇਹ ਵਿਸ਼ਵਾਸਨ ਦੇ ਕੇ ਦੇ ਦਿਨ ਤੁਰਦੇ ਸੀ ਕਿ ਹਾਂ ਤੁਹਾਡਾ ਤਾਂ ਏਜੰਡਾ ਕੈਬਨਿਟ 'ਚ ਆ ਗਿਆ ਜੀ, ਤੁਸੀਂ ਉਸ ਤੋਂ ਲੱਗ ਗਏ ਜੀ, ਐਵੇਂ ਸ਼ਾਸਨ ਦੇ ਕੇ ਤੁਰਤਾ। ਜਦੋਂ ਅਸੀਂ 16 ਤਰੀਕ ਨੂੰ ਕੈਬਨਿਟ ਹੋਈ, ਉਸ ਤੋਂ ਬਾਅਦ ਸਾਡੇ 2 ਪਲੇਅਰ ਆਏ ਇੱਥੇ, ਇੱਥੇ ਆਉਂਦੇ ਸਰ 4 ਘੰਟੇ ਸਾਡੇ ਪਲੇਅਰ ਬੈਠੇ ਰਹੇ ਬਾਹਰ, ਫਿਰ ਉਸ ਤੋਂ ਬਾਅਦ ਓਐਸਡੀ ਮਿਲਿਆ, ਓਐਸਡੀ ਨੇ ਸਿੱਧਾ ਕਹਿਤਾ ਸਾਡੇ ਕੋਲ ਨਾ ਹੀ ਤਾਂ ਪੈਸਾ ਤੇ ਨਾ ਹੀ ਸਾਡੇ ਕੋਲ ਤੁਹਾਡੇ ਕੋਲ ਨੌਕਰੀਆਂ ਸਾਡੇ ਤਨ ਦੇਣ ਲਈ ਜੀ, ਸਾਡੇ ਚੀਫ ਸੈਕਟਰੀ ਨੇ ਆਰਡਰ ਕੀਤੇ ਜੀ। ਜੇ ਉਹਨਾਂ ਦੇ ਓਐਸਡੀ ਇੱਦਾਂ ਦੀ ਗੱਲਾਂ ਕਰ ਰਹੇ ਨੇ, ਫਿਰ ਕੈਪਟਨ ਸਾਹਿਬ ਦੀ ਮੈਨੂੰ ਲੱਗਦਾ ਵੀ ਓਐਸਡੀ ਵੀ ਨਹੀਂ ਸੁਣਦੇ, ਸਰਕਾਰ ਜਿਹੜੇ ਚਲਾ ਰਹੇ ਆ ਉਹਨਾਂ ਦੇ ਓਐਸਡੀ ਹੀ ਚਲਾ ਰਹੇ ਆ, ਕੈਪਟਨ ਸਾਹਿਬ ਨਹੀਂ ਮੁੱਖ ਮੰਤਰੀ, ਓਐਸਡੀ ਮੁੱਖ ਮੰਤਰੀ ਬਣੇ ਹੋਏ ਇੱਥੋਂ ਦੇ। ਪਰ ਅੱਜ ਦੇਖਿਆ ਜਾਵੇ, ਅੱਜ ਟੋਕਿਓ ਦੇ ਵਿੱਚ ਪੈਰਾ ਓਲੰਪਿਕ ਸ਼ੁਰੂ ਹੋ ਰਹੀਆਂ ਨੇ, ਤੇ ਤੁਸੀਂ ਇੱਧਰ ਸੜਕਾਂ ਤੇ ਰੁਲ ਰਹੇ ਹੋ, ਕੀ ਕਹਿਣਾ ਚਾਹੋਗੇ, ਕੀ ਦੇਸ਼ ਨੂੰ ਸੰਦੇਸ਼ ਹੈ ਅਜਿਹੇ ਟੈਸਟ ਸਮੇਂ ਦੇ ਦੌਰਾਨ? ਸਰ ਸਾਡੇ ਵਿਚਕਾਰ ਹੀ ਬਹੁਤ ਸਾਰੇ ਪਲੇਅਰ ਬੈਠੇ ਨੇ ਜਿਹੜਾ ਕਿ ਟੋਕਿਓ ਦੇ ਵਿੱਚ ਪੈਰਾ ਓਲੰਪਿਕ ਗੇਮਸ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਕੁਆਲੀਫਾਈ ਕਰਨ ਸਕਦੇ ਸੀ, ਖੇਡ ਸਕਦੇ ਸੀ, ਦੇਸ਼ ਲਈ ਮੈਡਲ ਲਿਆ ਸਕਦੇ ਸੀ, ਸਰਕਾਰ ਦੀਆਂ ਨਿਕਾਮੀਆਂ ਕਰਕੇ ਸੰਜੀਵ ਕੁਮਾਰ, ਜਸਟੀ ਕੁਮਾਰ, ਹੋਰ 2-4 ਪਲੇਅਰ ਨੇ ਜਿਹੜੇ ਸਾਡੇ ਏਸ਼ੀਆ ਓਲੰਪਿਕ ਕੁਆਲੀਫਾਈ ਨਹੀਂ ਕਰ ਪਾਏ, ਰੈਂਕਿੰਗ ਦੇ ਵਿੱਚ ਨਹੀਂ ਬਣਦੀ ਕਿਉਂਕਿ ਇੰਟਰਨੈਸ਼ਨਲ ਟੂਰਨਾਮੈਂਟ ਖੇਡਣੇ ਪੈਂਦੇ ਆ ਓਲੰਪਿਕ ਕੁਆਲੀਫਾਈ ਕਰਨ ਵਾਸਤੇ, ਉਹਨਾਂ ਲਈ ਸਰਕਾਰ ਸਾਨੂੰ 1-5 ਨਹੀਂ ਦਿੰਦੀ ਜੀ, ਘਰੋਂ ਲੋਨ ਚੱਕ ਕੇ ਗਹਿਣੇ ਵੇਚ ਕੇ ਫਿਰ ਕੁਆਲੀਫਾਈ ਕਰਦੇ ਆ। ਔਰ ਇੱਥੇ ਆ ਕੇ ਜੱਸੀ ਸਾਡਾ ਮੁੰਡਾ ਖੜਿਆ ਜੀ, ਜੇ ਉਹਨੂੰ ਏਸ਼ੀਆ ਮੈਡਲਿਸਟ ਬਣਿਆ ਤੇ ਏਸ਼ੀਆ ਮੈਡਲਿਸਟ ਨੂੰ ਜਰਨਲ ਦੇ ਵਿੱਚ ਹੁੰਦਾ ਤੇ DSP ਲਾਉਂਦੇ ਸੀ ਸਿੱਧਾ, ਪਰ ਜਾਲੀ ਡਿਗਰੀਆਂ ਦੇ ਕੇ DSP ਲਾਏ ਇਹਨਾਂ ਨੇ। ਰੇਲਵੇ 'ਚ ਇੱਕ ਕੁੜੀ ਸੀ, ਉਹਦਾ ਸਾਰਾ ਪੈਸਾ ਮਾਫ਼ ਕੀਤਾ ਇਹਨਾਂ ਨੇ, ਰੇਲਵੇ ਦਾ ਜਿੰਨਾ ਵੀ ਸੀ, ਹਰਮਨਪ੍ਰੀਤ DSP ਲਾਈ ਸੀ ਇਹਨਾਂ ਨੇ ਜਾਲੀ ਡਿਗਰੀ ਤੇ, ਸਾਡੇ ਏਸ਼ੀਆ ਮੁੰਡਾ ਲਿਸਟ ਏਸ਼ੀਆ ਮੈਡਲਿਸਟ ਬੈਠਾ, ਕਿਉਂ ਨਹੀਂ ਲਾਇਆ ਫਿਰ ਇਹਨਾਂ ਨੇ? ਸਾਰਿਆਂ ਨੂੰ ਕੋਈ ਨਹੀਂ ਦਿੰਦੇ ਜੋ ਨੌਕਰੀਆਂ, ਇਹ ਕਿਉਂ ਨਹੀਂ ਦੇ ਰਹੇ? ਇਹ ਸਾਰੀਆਂ ਸਰਕਾਰ ਦੀਆਂ ਨਿਕਾਮੀਆਂ ਕਰਕੇ ਆ। ਰਾਣਾ ਸੋਢੀ, ਗੁਰਮੀਤ ਸਿੰਘ ਸੋਢੀ ਸ਼ਰਾਬ ਦੀਆਂ ਫੈਕਟਰੀਆਂ ਲਾ ਸਕਦਾ ਪਰ ਇਹਨਾਂ ਖਿਡਾਰੀਆਂ ਨੌਕਰੀਆਂ ਨਹੀਂ ਦੇ ਸਕਦਾ, ਕੀ ਚੱਕਰ ਕੀ? ਉਹ ਸਰਕਾਰ ਦੀ ਨਹੀਂ ਮੰਨ ਰਿਹਾ, ਕੈਪਟਨ ਦੀ ਨਹੀਂ ਮੰਨ ਰਹੇ, ਉਹ ਆਪਣੇ ਆਪਣੇ ਹੀ ਮੰਤਰੀ ਬਣੇ ਹੋਏ ਨੇ, ਆਪਣੇ ਘਰਾਂ ਨੂੰ ਨੌਕਰੀਆਂ ਦੇ ਰਹੇ ਨੇ। ਸਿੱਧੂ ਸਾਹਿਬ ਜਿਹੜਾ ਨਵਾਂ ਬਣਿਆ ਪ੍ਰਧਾਨ ਇਹਦਾ ਕਾਂਗਰਸ ਦਾ, ਜਿਹਨੂੰ ਔਰ ਜੋੜਾ ਫਾਟਕ ਦੇ ਮਰੇ ਹੋਏ ਲੋਕ ਵੇਖ ਗਏ, ਪਰ ਇਹ ਖਿਡਾਰੀ ਦੇਸ਼ ਦਾ ਨਾਂ ਕਰਨ ਵਾਲੇ, ਉਹ ਨਹੀਂ ਕਿਉਂ ਦਿਸੇ? ਜੋ ਸਿੱਧੂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਪ ਵੀ ਇੱਕ ਸਪੋਰਟਸਮੈਨ ਨੇ, ਹੁਣ ਉਹਨਾਂ ਕੋਲ ਪ੍ਰਧਾਨਗੀ ਹੈ ਕਾਂਗਰਸ ਦੀ? ਸਿੱਧੂ ਸਾਹਿਬ ਸਾਡੇ ਸੰਜੀਵ ਕੁਮਾਰ ਨੂੰ ਮਿਲ ਚੁੱਕੇ ਆ, 2018 ਦੇ ਵਿੱਚ ਹਿਮਾਚਲ ਦੇ ਵਿੱਚ ਜੀ ਪੰਜਾਬ ਹਰਿਆਣਾ ਨੇ ਇੱਕ ਫੰਕਸ਼ਨ ਕਰਾਇਆ ਸੀ, ਉਹਦੇ ਵਿੱਚ ਸਿੱਧੂ ਸਾਹਿਬ ਨੇ ਖੁਦ ਕਿਹਾ ਸੀ ਕਿ ਸਾਡੀ ਸਰਕਾਰ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ, ਪੈਰਾ ਖਿਡਾਰੀਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ, ਇਸ ਨਾਂ ਦੇਣਾ ਕਾਰਨ ਸਾਡੀ ਸਰਕਾਰ ਦੀ ਨਾਕਾਮੀ ਹੈ। ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਹੋਰ ਉਹ ਸਿੱਧੂ ਸਾਹਿਬ ਕਿੱਧਰ ਗਿਆ ਜਿਹੜਾ ਕਹਿੰਦਾ ਸੀ ਇਹਨਾਂ ਖਿਡਾਰੀਆਂ ਦਾ ਮਸੀਹਾ ਬਣਦਾ ਸੀ, ਹੁਣ ਕੁਰਸੀ ਲਾ ਕੇ ਬਹਿ ਗਿਆ, ਉਹਨੂੰ ਵਿਖਦੇ ਨਹੀਂ ਖਿਡਾਰੀ, 3 ਮਹੀਨੇ ਹੋ ਗਏ ਸੜਕਾਂ ਤੇ ਰੁਲ ਰਹੇ ਨੇ, ਉਹ ਕਿੱਧਰ ਹੈ? ਉਹ ਕਾਂਗਰਸ ਭਵਨ ਜਾ ਕੇ ਕਹਿੰਦਾ ਮੈਂ 2 ਤਰੀਕ ਨੂੰ ਬੁਲਾ ਰਿਹਾ ਖੇਡ ਮੰਤਰੀ ਨੂੰ, ਉਹਦੇ ਨਾਲ ਲੋਕਾਂ ਦਾ ਜਲਾਸ ਬੁਲਾਊਂਗਾ। ਉਹ ਮੈਂ ਪੁੱਛਣਾ ਚਾਹੁੰਦਾ ਜਿਹੜਾ 2 ਤਰੀਕ ਨੂੰ ਬੁਲਾਇਆ ਤੁਸੀਂ, ਉਹਨੇ ਤਾਂ ਤੁਹਾਡੀ ਸਰਕਾਰ ਹੀ ਨਿਕਲ ਜਾਣੀ ਹੈ, ਫਿਰ ਸਾਨੂੰ ਕੀ ਤੁਸੀਂ ਨੌਕਰੀਆਂ ਦਿਓਗੇ? ਸਿੱਧੂ ਸਾਹਿਬ ਚਾਹੁੰਦਾ ਤਾਂ ਇੱਥੇ ਆਵੇ, ਸਾਡੇ ਵਿਚਕਾਰ ਹੋਣੇ, ਸਾਡੀ ਗੱਲ ਸੁਣੇ। ਬਿਲਕੁਲ, ਇੱਥੇ ਹੋਰ ਵੀ ਪਲੇਅਰ ਨੇ, ਜੱਸੀ ਹੈ, ਏਸ਼ੀਅਨ ਪੈਰਾ ਗੇਮ ਦੇ ਵਿੱਚ ਇੰਡੋਨੇਸ਼ੀਆ 2018 ਦੇ ਵਿੱਚ ਦੇਖ ਸਕਦੇ ਹੋ ਇਹਨਾਂ ਦੇ ਮੈਡਲ ਜਿੱਤਿਆ ਸੀ, ਤੇ ਬ੍ਰੌਂਜ਼ ਮੈਡਲ ਇਹਨਾਂ ਦੀ ਗਲੇ ਦੇ ਵਿੱਚ ਹੈ, ਤੇ ਇਹ ਵੀ ਇੱਥੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਆਪਣਾ ਇਹ ਮੈਡਲ ਵਾਪਸ ਕਰਨ ਦੇ ਲਈ ਪਹੁੰਚੇ ਨੇ। ਜੱਸੀ, ਕੀ ਗੱਲ ਕਹਿਣਾ ਚਾਹੋਗੇ ਕਿ ਤੁਸੀਂ ਅੱਜ ਏਡਾ ਵੱਡਾ ਜਿਹੜਾ ਮੈਡਲ ਹਾਸਲ ਕੀਤਾ ਸੀ, ਪਰ ਉਸ ਤੋਂ ਬਾਅਦ ਫਿਰ ਅੱਜ ਇੱਥੇ ਰੁਲ ਰਹੇ ਹੋ? ਸਰ, ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਸਾਡਾ ਬਣਦਾ ਹੱਕ ਉਹ ਸਾਨੂੰ ਦਿੱਤਾ ਜਾਵੇ, ਕਿ ਅਸੀਂ ਵੀ ਹੁਣ ਹੈਂਡੀਕੈਪਟ ਆ, ਇੰਨੀ ਮੁਸ਼ਕਲ ਦੇ ਵਿੱਚ ਆ ਕੇ ਨਾ ਅਸੀਂ ਟ੍ਰੇਨਿੰਗ ਕਰਦੇ ਹਾਂ, ਜੇ ਤੁਸੀਂ ਮੇਰੀਆਂ ਵੀ ਵੀਡੀਓ ਦੇਖੋ, ਅਸੀਂ ਬਹੁਤ ਮੁਸ਼ਕਲ ਦੇ ਇਹਦੇ ਉੱਤੇ ਰਿਸਕ ਲੈ ਕੇ ਇੱਦਾਂ ਦੇ ਇਹਦੇ ਉੱਪਰ 1.5 ਕੁਇੰਟਲ ਦੀ ਬੈਂਚ ਰੱਖ ਕੇ ਸਰ ਮੈਂ ਲਗਾ ਰਿਹਾ ਜਾਂ ਕੁਛ ਵੀ ਕਰ ਰਿਹਾ, 1 ਹੈਂਡ ਕੁਛ ਵੀ ਪ੍ਰੈਕਟਿਸ ਕਰ ਰਿਹਾ ਸਰ, ਬਹੁਤ ਸਾਨੂੰ ਇੰਜਰੀ ਵੀ, ਕਦੇ ਵੀ ਇੰਜਰੀ ਆ ਸਕਦੀ ਹੈ। ਮੇਨ ਚੀਜ਼ ਇਹ ਕਿ ਸਾਡੇ ਲਈ ਨੌਕਰੀ ਹੋਵੇ ਤਾਂ ਅਸੀਂ ਇਹ ਚੀਜ਼ ਤੋਂ ਨਹੀਂ ਡਰਾਂਗੇ, ਅਸੀਂ ਅੱਗੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਡਲ ਬਾਰੇ ਦੱਸੋ, ਇਹ ਤੁਸੀਂ ਮੈਡਲ ਕਦੋਂ ਜਿੱਤਿਆ ਸੀ ਤੇ ਕਿਹੜੀ ਗੇਮਸ ਦੇ ਵਿੱਚ ਹਾਸਲ? ਇਹ ਸਰ 2018 ਦੇ ਵਿੱਚ ਏਸ਼ੀਅਨ ਪੈਰਾ ਗੇਮਸ ਦੇ ਵਿੱਚ ਮੈਂ ਹਾਸਲ ਕੀਤਾ ਹੈ, ਜੋ ਕਿ ਇੰਡੋਨੇਸ਼ੀਆ ਦੇ ਵਿੱਚ ਹੋਈ ਸੀ ਜੀ। ਤੇ ਇਹੀ ਮੈਡਲ ਸੇਮ ਮੈਡਲ ਦੇ ਜੋ ਵੀ ਜਿੰਨੇ ਵੀ ਮੇਰੇ ਨਾਲ ਦੇ ਪਲੇਅਰ ਸੀ, ਹਰਿਆਣਾ, ਰਾਜਸਥਾਨ ਜਾਂ ਦਿੱਲੀ ਲਾ ਲਓ, ਕਿਤੇ ਵੀ ਲਾ ਲਓ, ਹਨਾ ਸਰ, ਉਹ ਸਾਰੇ ਇਸ ਟਾਈਮ ਗਸ਼ਟਰ ਨੌਕਰੀਆਂ ਤੇ ਲੱਗ ਚੁੱਕੇ ਆ ਜੀ। ਤੇ ਹੁਣ ਇੱਥੋਂ ਮੇਰਾ ਮਨੋਵਲ ਦੇਖੋ ਤੁਸੀਂ, ਆਪ ਖੁਦ ਹੀ ਸੋਚ ਸਕਦੇ ਹੋ ਵੀ ਕਿੰਨਾ ਨੀਚੇ ਜਾਏਗਾ ਜਦੋਂ ਮੇਰੇ ਨਾਲ ਦੇ ਨੌਕਰੀਆਂ ਤੇ ਮੈਂ ਇੱਥੇ ਤੁਹਾਡੇ ਸਾਹਮਣੇ ਸੜਕਾਂ ਤੇ ਰੁਲ ਰਿਹਾ। ਤੁਸੀਂ ਗੱਲਬਾਤ ਕੀਤੀ ਕਿਉਂਕਿ ਤੁਹਾਡੇ ਕੋਲ ਵੱਡਾ
ਜਦੋਂ ਵੀ ਹੁਣ ਵੀ ਜੇ ਹੁਣ ਥੋੜੇ ਟਾਈਮ ਪਹਿਲਾਂ ਮੈਨੂੰ ਇਹਦਾ ਕੈਸ਼ ਪ੍ਰਾਈਜ਼ ਦਿੱਤਾ ਗਿਆ ਸੀ ਜੋ ਏਬਲ ਬਾਡੀ ਦੇ ਬਰਾਬਰ ਕਰਤਾ, ਏਬਲ ਬਾਡੀ ਵਾਲਿਆਂ ਨੂੰ ਨੌਕਰੀ ਦਿੱਤੀ ਪਰ ਸਾਨੂੰ ਹਜੇ ਤੱਕ ਨਹੀਂ ਮਿਲੀ ਜੀ। ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਤਿਆਰੀ ਜਿਹੜਾ ਤੁਸੀਂ ਕੀਤੀ ਆ ਆਪਣੀ ਗੇਮ ਦੇ ਲਈ, ਉਸ ਦੇ ਲਈ ਤੁਸੀਂ ਹੁਣ ਤੱਕ ਕਿੰਨੇ ਕਿ ਸਰਕਾਰੀ ਕੋਈ ਮਦਦ ਮਿਲੀ ਜਾਂ ਸਿਰਫ ਤੁਸੀਂ ਆਪਣੇ ਵੱਲੋਂ ਹੀ ਤਿਆਰੀ ਕੀਤੀ ਹੈ? ਇਹ ਸਰਕਾਰ ਨੇ ਮਦਦ ਕੀਤੀ ਹੈ ਸਰ, ਕਈ ਕੋਈ ਸਮਾਨ ਵੀ, ਕਈ ਮੈਨੂੰ ਕਈ ਵਾਰ ਸਮਾਨ ਵੀ ਦਿੱਤਾ ਆ, ਐਸੀ ਗੱਲ ਨਹੀਂ, ਆਪਾਂ ਇਹ ਨਹੀਂ ਕਹਿ ਰਹੇ ਵੀ ਨਹੀਂ ਦਿੱਤਾ ਆ, ਪਰ ਜੋ ਮੇਨ ਚੀਜ਼ ਆ ਸਰ ਜੋਬ ਹੁੰਦੀ ਆ ਪਲੇਅਰ ਦੇ ਲਈ, ਕਿਉਂਕਿ ਹੁਣ ਤਾਂ ਆਲੇ ਦੁਆਲੇ ਦੇ ਲੋਕ ਵੀ ਕਹਿਣ ਲੱਗ ਗਏ ਵੀ ਐਡਾ ਵੱਡਾ ਮੈਡਲ ਲੈ ਕੇ ਨਹੀਂ ਨੌਕਰੀ ਮਿਲਦੀ ਤਾਂ ਕੋਈ ਹੋਰ ਕੰਮ ਕਰ ਲਓ ਜਾਂ ਬਾਹਰ ਚਲੇ ਜਾਓ ਜਾਂ ਕਿਤੇ ਵੀ ਚਲੇ ਜਾਓ, ਕਿਉਂਕਿ ਸਾਡੇ ਲਵੇ ਹੋਰ ਆਪਸ਼ਨਾਂ ਵੀ ਬਹੁਤ ਹੁੰਦੀਆਂ ਨੇ। ਸਾਨੂੰ ਬਾਹਰ ਵਾਲੇ ਬਾਹਰਲੇ ਦੇਸ਼ ਵੀ ਸਾਨੂੰ ਕਹਿੰਦੇ ਆ ਵੀ ਸਾਡੇ ਵੱਲੋਂ ਆ ਕੇ ਖੇਡੋ, ਹੈ ਨਾ, ਅਸੀਂ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਨਹੀਂ, ਅਸੀਂ ਇੰਡੀਆ ਨਾਲ ਹੀ, ਇੰਡੀਆ ਦੇ ਵਿੱਚ ਹੀ ਰਹਿ ਕੇ ਖੇਡਣਾ ਆ। ਤੇ ਚਲੋ ਕੋਈ ਗੱਲ ਨੀ, ਜੋ ਹੋ ਗਿਆ ਸਾਹਮਣੇ ਆ ਤੁਹਾਡੇ, ਦੇਖੋ ਸਰਕਾਰ ਕੀ ਕਰਦੀ ਹੈ ਜੀ। ਬਿਲਕੁਲ, ਇਹ ਪੈਰਾ ਪਲੇਅਰਸ ਨੇ ਜੋ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਬੈਠੇ ਨੇ, ਇਹਨਾਂ ਦੀ ਇੱਕੋ ਮੰਗ ਹੈ ਕਿ ਮੁੱਖ ਮੰਤਰੀ ਸਾਡੇ ਨਾਲ ਮੁਲਾਕਾਤ ਕਰਨ ਤੇ ਉਹਨਾਂ ਨੂੰ ਹੀ ਹੁਣ ਮਿਲਿਆ ਜਾਵੇਗਾ, ਹੋਰ ਕਿਸੇ ਵੀ ਲੀਡਰ ਦੇ ਨਾਲ ਇਹ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਨੇ। ਫਿਲਹਾਲ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਅਸੀਂ ਤੁਹਾਨੂੰ ਦਿਖਾ ਵੀ ਸਕਦੇ ਹਾਂ, ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਇੱਥੇ ਪੁਲਿਸ ਫੋਰਸ ਲੱਗੀ ਹੋਈ ਹੈ ਤੇ ਉਸ ਤੋਂ ਅੱਗੇ ਬੈਰੀਕੇਡਿੰਗ ਲਗਾਈ ਹੋਈ ਹੈ ਤੇ ਉਸ ਤੋਂ ਨਾਲ ਹੀ ਅੱਗੇ 100 ਮੀਟਰ ਦੀ ਦੂਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਆ ਤੇ ਉੱਥੇ ਇਹ ਜੋ ਪਲੇਅਰਸ ਨੇ ਇੱਥੇ ਹੀ ਬੈਠੇ ਹੋਏ ਨੇ। ਕੈਮਰਾਮੈਨ ਮਨੋਜ ਦੇ ਨਾਲ ਹਰਪਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।